ਸਾਧ ਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਣੇ ਤੇਤਾ ਵਖਿਆਨੇ ਸਾਧ ਕੀ ਉਪਮਾ ਤਹਿ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚੇ ਉੱਚੀ ਸਾਧ ਕੀ ਸੋਭਾ ਬੋਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਨਾਲ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ। ਸੋ ਆਪਣੇ ਇਸ਼ਟ ਦੀਆਂ ਪਰਿਕਰਮਾ ਕਰਕੇ ਸਿੱਖਾਂ ਦੇ ਵਿਆਹ ਸੰਪੰਨ ਹੁੰਦੇ। ਫਿਰ ਗੁਰੂ ਰਾਮਦਾਸ ਜੀ ਦੀਆਂ ਲਾਵਾਂ ਦਾ ਪਾਠ ਆਇਆ, ਫਿਰ ਸਿੱਖ ਸਾਰੇ ਲਾਵਾਂ ਦਾ ਪਾਠ ਪੜ੍ਹਨ ਲੱਗ ਪਏ। ਜੋੜੀ ਨੇ ਇਹ ਸ਼ਬਦ ਦਾ ਪਾਠ ਸੁਣਨਾ ਤੇ ਮੱਥਾ ਟੇਕ ਕੇ ਫਿਰ ਨਾਲ ਨਾਲ ਉਸੇ ਪਦੇ ਦਾ ਕੀਰਤਨ ਹੋਣਾ, ਫਿਰ ਪਰਿਕਰਮਾ ਕਰਕੇ ਫਿਰ ਅਦਬ ਨਾਲ ਮੱਥਾ ਟੇਕ ਕੇ ਤੇ ਜਿਵੇਂ ਜੱਜ ਦਾ ਹੁਕਮ ਖੜੇ ਹੋ ਕੇ ਸੁਣਿਆ ਜਾਂਦਾ ਨਾ, ਅਗਲਾ ਹੁਕਮ ਸੁਣਨ ਵਾਸਤੇ ਫਿਰ ਖੜੇ।
मैं थे ते माया मेरा लें दे तेरी दीद दे पुलेखे पेंदे रें दे हुक कदे सुन सजना वे पिछो मारिया वे हाकां दी नेड़े नेड़े रे ढोला वे सानू लोड तेरे चाकां दी हुक कदे सुन सजना वे पिछो मारिया वे हाकां दी नेड़े नेड़े रे ढोला वे सानू लोड तेरे चाकां दी शौक लग जेवे करे फिकरा तू चावाली जदों हथ उठे सजना वे उठे तेरिया दुआवां